ਨੇ ਜੀ ਵਿਆਹ ਇਹ ਤੇ ਬਹੁਤ ਡੂੰਘਾ ਹੁੰਦਾ ਸੀ ਪਹਿਲਾਂ ਕਿਤੇ ਮੋਂ ਇਹ ਬਹੁਤ ਵੱਡਾ ਦਰਿਆ ਸੀ ਹੁਣ
ਦੀ ਰੋਟੀ ਹੈ ਡਾਕਟਰ ਇਹ ਆ ਜਾ ਚਲ ਆ ਜਾ ਮਲਕ ਤਸਵੀਰਾਂ ਵੀ ਖਿੱਚਣੀਆਂ ਨੇ ਮਲਕ ਇਹਨੂੰ ਸਰ ਬੰਦ ਉਧਰ ਵਾਪਸੀ ਤੇ ਆਂਦੇ ਖਿੱਚਾਂ ਦੇ ਨਾਲ ਫਿਰ ਲੈਟ ਚਲੀ ਜਾਏਗੀ ਲੈਟ ਕਿਵੇਂ ਚਲੀ ਜਾਏਗੀ ਹਨੇਰਾ ਪੈ ਰਿਹਾ ਰਕਮ ਦੀ ਹੈ ਛਾਵਾਂ ਨੇ ਬਣ ਰਹੀ ਹੈ ਸਾਡੀ ਵੀ ਬਾਈ ਆਪੇ ਇਹ ਸਿਰਫ ਇੱਥੇ ਦੋ ਮੋਰ ਨੇ ਡਰ ਗਿਆ ਕੀ ਇਹ ਠੂੰਗਾ ਨਾ ਕਰਾ ਦੇ ਜੇ ਖਾਣ ਲਈ ਕੁਛ ਹੈ ਲੈ ਕੇ ਆ ਖਾਣ ਲਈ ਕੁਛ ਹੈ ਲੈ ਆ ਚਲ ਆ ਇੱਧਰ ਨੂੰ ਆਓ ਤੜਕੀ ਹੋ ਗਈ ਠਰਕੀ ਹੋ ਚੱਲਦੇ ਹਾਂ
ਇਹਨੂੰ ਮੁੜ ਕੇ ਕੌਣ ਆਉਂਦਾ? ਮੀਆਂ ਸਾਹਿਬ ਨੇ ਕੰਮ ਬਹੁਤ ਵਧੀਆ ਕੀਤਾ, ਲੈ ਚੁੰਡੀ ਬਣਾ ਇੱਕ ਆ ਜਾਏਗਾ, ਆ ਜਾਏਗਾ ਸਾਡੇ ਲਈ ਤੇ ਮੁਸੀਬਤ ਬਣ ਜਾਏ ਬੰਦਾ, ਹੈਂ ਮਰ ਕੇ ਆਇਆ ਤੇ ਕੰਮ ਖਰਾਬ। ਟਰਕੀ ਹੌਸ ਵੀ ਸੀ, ਟਰਕੀ ਹੌਸ ਹੁਣ ਇਹ ਆਪਾਂ ਹਿਰਨੀਆਂ ਹੁਰਨੀਆਂ ਕਵਰ ਕਰਕੇ ਨਾ ਫਿਰ ਰੋਟੀ ਖਾਂਦੇ ਹਾਂ। ਵਾਚ ਟਾਵਰ, ਵਾਚ ਟਾਵਰ ਅੱਗੇ ਕਿੱਥੇ? ਵਾਚ ਟਾਵਰ ਆਜਾ, ਉਹ ਵੇਖੀ ਆਜਾ ਮਹਿਰਨਾ ਵੇਖ ਕੇ ਤੇ ਫਿਰ ਆਪਾਂ ਵਾਚ ਟਾਵਰ ਤੋਂ ਚੱਲਣਾ। ਮੈਨੂੰ ਪਤਾ ਤੇਰਾ ਦਿਲ ਚ ਡਬਕਾ ਜਾ ਕੇ ਲੱਗਿਆ, ਡਬਕ ਡਬਕ ਕਰ ਰਿਹਾ ਉੱਤੇ ਕੁਛ ਹੈ। ਹਾਂ ਭਾਵੇਂ ਆਰਮੀ ਹੋਵੇ ਤੇ ਭਾਵੇਂ ਪੁਲਿਸ ਚੰਕਾਰਾ ਹੋਵੇ। ਪਹਿਲੇ ਹੀ ਰਿਹਾ ਆਪਣਾ ਕੰਮ ਠੀਕ ਨਹੀਂ ਸੀ ਰਿਹਾ ਜਦੋਂ ਪਹਿਲੇ ਆਪਾਂ ਇੱਕ ਵਾਰੀ ਆਏ ਸਨ, ਕੈਮਰੇ ਵੀ ਚੰਗੇ ਨਹੀਂ ਸਨ, ਮੋਬਾਈਲ ਨਾਲ ਤਸਵੀਰਾਂ ਖਿੱਚਦੇ ਸਨ ਛੋਟੇ ਜਿਹੇ,
ਸੌਦੇ ਪੁੱਗਰੇ ਨੇ ਉਹੀ ਲੱਭਣ ਡੇ ਆ ਕੋਈ ਕੱਢ ਕੇ ਨਾ ਲੈ ਗਿਆ ਹੋਵੇ ਨਹੀਂ ਆਇਆ ਯਾਰ ਪੱਠੇ ਤੇ ਸੁੱਟੇ ਨੇ ਮੀਆਂ ਸਾਹਿਬ ਨੇ ਕਮਾਲ ਕੀਤਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਕੈਮਰੇ ਦੀ ਅੱਖ ਤੋਂ ਨਹੀਂ ਬਚਾ ਬਸ ਤਸਵੀਰ ਬਣਾ ਆਇਆ ਬਣਾਇਆ ਨੀ ਆਇਆ ਹੀਰਾ ਤਸਵੀਰਾਂ ਬਣਾਉਣੀਆਂ ਨੀ ਇੱਥੇ ਆਇਆ ਆਜਾ ਆਜਾ
ਇਹ ਵੀ ਅੱਗੇ ਤਾਂ ਰਸਤਾ ਬੰਦ ਹੈ ਅੱਗੇ ਨਹੀਂ ਜਾਣਾ ਇਧਰੋਂ ਹੀ ਜਾਣਾ ਪੈਣਾ ਉਹਨੇ ਨਹੀਂ ਇੱਧਰ ਤੇ ਆਈ ਲਾਇਆ ਮਲਕ ਮਲਕ ਇੱਧਰ ਵਿੱਚੋਂ ਦੀ ਨਿਕਲ ਚੱਲਣੇ ਆ ਉਹ ਆਵਾਜ਼ ਟਾਵਰ ਤੇ ਚੱਲਣੇ ਸਲਵਾਰ ਪਾਟ ਗਈ ਆ ਤੇ ਐਂਗਲ ਤੋਂ ਲਈ ਹੈ ਬਖਤੂ ਆ ਰਿਹਾ ਬਖਤੂ ਆ ਰਿਹਾ ਜੀ ਕੀ ਹਾਲ ਹੈ ਬਖਤੂ ਸੁਣਾ ਤੂੰ ਕਿੱਧਰ ਘੁੰਮਣ ਡਿਆ ਅੱਜ ਸਵਾਰੀਆਂ ਇਹ ਕੌਣ ਨੇ ਅੱਛਾ ਇੱਧਰੋਂ ਵੀ ਨਿਕਲਣੇ ਆ ਚੱਲ ਹਲੇ ਆਪਾਂ ਉੱਥੇ ਜਾ ਕੇ ਤਸਵੀਰਾਂ ਬਣਾਉਣੀਆਂ ਨੀ ਯਾਰ ਸਮਿਆ ਲਸਮਿਆ ਭਰਾ ਇੱਧਰ ਲਿਆਉਣੀਆਂ ਉਹ ਮੋਰਿਆਂ ਕੋ ਤਸਵੀਰਾਂ ਖਿੱਚਣੀਆਂ ਬਸ ਇੱਕ ਆਖਰੀ ਆਪਾਂ ਵਿਊ ਲੈਣਾ ਇੱਥੋਂ ਲੈਂਦੇ ਹਾਂ ਵਿਊ ਇਹਦਾ ਹੱਥ ਰੱਖ ਕੇ ਬੁਲਾਉਂਦਾ ਹੈ
ਬਈ ਥੋੜਾ ਜਿਹਾ ਰਸਤਾ ਥੋੜਾ ਜਿਹਾ ਰਸਤਾ ਦੋਗੇ ਥੋੜਾ ਇੱਧਰ ਪਿੱਛੇ ਹੋ ਜਾ ਆਇਆ
You are watching Kursi Bar.